ਤੇ ਅੱਗੇ ਗੱਡੀਆਂ ਨੇ ਵੈਸੇ ਫਿਰ ਵੀ ਕਰੀ ਨੀ ਹਾਂਜੀ ਦੇਖ ਲਓ ਐਲਈਡੀ ਨਹੀਂ ਚੱਲੀ ਹੈਨਾ ਹਾਂ ਦੇਖ ਐਲਈਡੀ ਚੱਲ ਗਈ ਹੈ ਹੈਲੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਜੀ ਸਾਰਿਆਂ ਦੇ ਤੇ ਅੱਜ ਬਣਾਉਣੀ ਹੈ ਵੀਡੀਓ ਤੁਸੀਂ ਦੇਖ ਹੀ ਲਿਆ ਕਿਹੜੀ ਗੱਡੀ ਹੈ ਆਪਣੇ ਥੰਬਨੇਲ 'ਚ ਅਤੇ ਆ ਜੀ ਡੋਜ ਚਾਰਜਰ ਡੋਜ ਚਾਰਜਰ ਦੀ ਵੀਡੀਓ ਬਣਾਈ ਹੈ ਨਾਲੇ ਘੁੰਮਣ ਆਏ ਹਾਂ ਪਿੱਛੇ ਲੇਕ ਹੈ ਅਤੇ ਲੇਕ ਲੂਕ ਦਿਖਾਉਂਦੇ ਹਾਂ ਤੁਹਾਨੂੰ ਨਾਲੇ ਡੋਜ ਚਾਰਜਰ ਦਿਖਾਉਂਦੇ ਹਾਂ ਇੰਟੀਰੀਅਰ ਥੋੜ੍ਹਾ ਜਿਹਾ ਦੇਖ ਲਓ ਜੇ ਔਫ ਕੀਤੀ ਹੋਈ ਹੈ ਗੱਡੀ ਅਤੇ ਆਪਣੇ ਸਾਰੇ ਅੰਦਰ ਵਾਸ਼ਰੂਮ ਯੂਜ਼ ਕਰਨ ਗਏ ਨੇ ਪੰਪ 'ਤੇ ਖੜ੍ਹੇ ਹਾਂ ਅਤੇ ਬਾਕੀ ਤੁਹਾਨੂੰ ਗੱਡੀ ਦਿਖਾ ਦਿੰਦੇ ਹਾਂ ਘੈਂਟ ਗੱਡੀ ਆ ਚਲਾਈ ਚੁਲਾਈ ਸਭ ਦਿਖਾ ਦਿੰਦੇ ਹਾਂ ਨਵੀਂ ਕਢਾਈ ਹੀ ਆ ਬ੍ਰੈਂਡ ਨਿਊ ਤਾਂ ਤੁਹਾਨੂੰ ਬ੍ਰੈਂਡ ਨਿਊ ਗੱਡੀ ਦਾ ਵੀ ਪਤਾ ਲੱਗ ਜਾਏਗਾ ਕੀ ਫਾਇਦੇ ਨੇ ਕੀ ਨੁਕਸਾਨ ਨੇ ਸਾਰਾ ਕੁਝ ਦੱਸ ਦਾਂਗੇ ਅਤੇ ਕਿੰਨੇ ਦੀ ਪਈ ਸੀ ਅਤੇ ਬਾਈ ਉਬਰ ਵੀ ਕਰਦਾ ਇਹਦੇ 'ਤੇ ਅਤੇ ਉਹ ਵੀ ਸਮਝਾਵਾਂਗੇ ਤੁਹਾਨੂੰ ਕਿ ਉਬਰ ਦਾ ਫਾਇਦਾ ਹੈ ਨਹੀਂ ਹੈ ਜੋ ਵੀ ਹੈ ਸਾਰਾ ਕੁਝ ਸਮਝਾਉਂਦੇ ਹਾਂ ਅਤੇ ਤਾਂ ਤੱਕ ਤੁਸੀਂ ਗੱਡੀ ਦੇਖੋ ਪਹਿਲਾਂ ਆਹੋ ਜੀ ਸਰ ਆਹੋ 'ਤੇ ਖੜ੍ਹੇ ਹਾਂ ਐਸੋ ਦੇ ਪੰਪ 'ਤੇ ਅਤੇ ਇਹ ਗੱਡੀ ਹੈ ਦੋ ਚਾਰਜਰ ਇੰਟੀਰੀਅਰ ਆਏ ਆ ਅਤੇ ਅਗਰ ਮਸਲ ਕਾਰ ਲੈਣੀ ਹੈ ਨਾ ਮਸਲ ਕਾਰ 'ਚ ਮੈਨੂੰ ਸਭ ਤੋਂ ਵਧੀਆ ਆਹ ਕਿਉਂ ਲੱਗਦੀ ਹੈ ਚਾਰਜਰ ਹੀ ਸਭ ਤੋਂ ਵਧੀਆ ਕਿਉਂ ਲੱਗਦੀ ਹੈ ਇਹਦਾ ਰੀਜ਼ਨ ਹੈ ਕਿ ਫੋਰ ਡੋਰ ਗੱਡੀ ਹੈ ਠੀਕ ਹੈ ਬਾਕੀ ਮਸਟੈਂਗ ਸਟੂੰਗ ਹੈ ਉਹ ਫੋਰ ਡੋਰ ਨਹੀਂ ਹੈ ਅਤੇ ਪੂਰੀ ਖੁੱਲ੍ਹੀ ਗੱਡੀ ਹੈ ਪਿੱਛੇ ਵੀ ਦੇਖ ਲਓ ਤੁਹਾਡੇ ਸਾਹਮਣੇ ਖੁੱਲ੍ਹੀ ਜਗ੍ਹਾ ਠੀਕ ਹੈ ਅਤੇ ਸਨਰੂਫ ਵਗੈਰਾ ਹੈ ਬਾਕੀ ਤੁਹਾਨੂੰ ਬਾਕੀ ਦੀ ਚੀਜ਼ਾਂ ਬਾਹਰ ਬਾਅਦ 'ਚ ਦੱਸਣੇ ਆ ਬਾਹਰ ਦੇ ਦਿਖਾਉਂਦੇ ਹਾਂ ਅਤੇ ਸਾਰਾ ਕੁਝ ਦਿਖਾ ਦਾਂਗੇ ਬਾਕੀ ਗੈਸ ਸਟੇਸ਼ਨ 'ਤੇ ਖੜ੍ਹੇ ਹਾਂ ਇੱਥੇ ਪਿੱਛੇ ਲੇਕ ਹੈ ਉਹ ਦੇਖੋ ਉਹ ਪਿੱਛੇ ਲੇਕ ਹੈ ਲੇਕ ਲੂਕ ਦਿਖਾ ਦਿੰਦੇ ਹਾਂ ਅਤੇ ਸਾਰੇ ਆਏ ਹਾਂ ਨਾਲੇ ਗੱਲਾਂ ਬਾਤਾਂ ਸੁਣਾਉਂਦੇ ਹਾਂ ਤੁਹਾਨੂੰ ਅਤੇ ਸਪੇਸ਼ੀਅਸ ਗੱਡੀ ਆ ਅਤੇ ਆਪਾਂ ਹੀ ਬਹਿੰਦੇ ਹਾਂ ਡਰਾਈਵਰ ਸੀਟ 'ਤੇ ਅਤੇ ਆਪਾਂ ਹੀ ਚਲਾਉਂਦੇ ਹਾਂ ਫਿਰ ਆਹ ਦੇਖੋ ਜੀ ਇਹ ਬਾਹਰੋਂ ਗੱਡੀ ਅਤੇ ਆਪਾਂ ਡਰਾਈਵਰ ਸੀਟ 'ਤੇ ਚੱਲਦੇ ਹਾਂ ਅਤੇ ਬਾਕੀ ਦੀ ਗੱਡੀ ਪੂਰੀ ਤੁਹਾਨੂੰ ਬਾਅਦ 'ਚ ਦਿਖਾਉਂਦੇ ਹਾਂ ਆ ਗਿਆ ਅੰਤਰ ਬਾਈ ਨੇ ਉੱਚੀ ਬੜੀ ਕੀਤੀ ਹੋਈ ਗੱਡੀ ਉਹ ਤੁਹਾਨੂੰ ਪਤਾ ਹੀ ਉੱਚੀ ਨਹੀਂ ਵੀ ਇਹਨੂੰ ਥੱਲੇ ਕੀਤਾ ਆਪਾਂ ਥੱਲੇ ਹੋ ਜਾਣੀ ਗੱਡੀ ਆਪਣੀ ਥੋੜ੍ਹੀ ਪਿੱਛੇ ਕਰ ਲੈਂਦੇ ਹਾਂ ਅਤੇ ਥੱਲੇ ਕਰ ਲੈਂਦੇ ਹਾਂ ਅਤੇ ਇਹਨੂੰ ਸਟਾਰਟ ਕਰੀਏ ਬ੍ਰੇਕ ਦਵਾਈ ਲਓ ਜੀ ਗੱਡੀ ਕਰੀਏ ਸਟਾਰਟ ਹੋ ਗਈ ਸਟਾਰਟ ਇਹਨੇ ਲਾਈਟ ਚਲਾਈ ਹੋਈ ਆ ਤਾਂ ਕਰਕੇ ਸ਼ਾਇਦ ਇੰਨੀ ਘੱਟ ਆ ਅਤੇ ਲਾਈਟ ਕਰ ਦਿੰਦੇ ਹਾਂ ਔਫ ਅਤੇ ਆ ਗਏ ਤੁਹਾਡੇ ਸਾਹਮਣੇ ਦੇਖੋ ਆਇਆ ਇੰਟੀਰੀਅਰ ਗੱਡੀ ਦਾ ਕਾਫੀ ਸਪੇਸ਼ੀਅਸ ਗੱਡੀ ਆ ਠੀਕ ਹੈ ਆਪਣੀ ਰੂਫ ਆ ਰੂਫ ਆਪਣੇ ਕੀ ਨਾਮ ਹੈ ਅੱਛਾ ਅਤੇ ਗਰਾਜ ਵਗੈਰਾ ਤੋਂ ਗਿਆ ਅਤੇ ਰੂਫ ਦੇ ਬਟਨਸ ਕਿੱਥੇ ਨੇ ਇਹ ਰੂਫ ਖੁੱਲ੍ਹ ਗਈ ਰੂਫ ਖੋਲ੍ਹਤੀ ਆਪਾਂ ਪਿੱਛੋਂ ਵੀ ਕਾਫੀ ਸਪੇਸ਼ੀਅਸ ਗੱਡੀ ਆ ਇਹ ਚੀਜ਼ ਸਭ ਤੋਂ ਵਧੀਆ ਕਿ ਗੱਡੀ 'ਚ ਜਗ੍ਹਾ ਬਹੁਤ ਆ ਠੀਕ ਹੈ ਅਤੇ ਡਿੱਗੀ ਵੀ ਕਾਫੀ ਖੁੱਲ੍ਹੀ ਹੈ ਡਿੱਗੀ ਵਗੈਰਾ ਅੱਗੇ ਜਾ ਕੇ ਦਿਖਾਵਾਂਗੇ ਅਤੇ ਨੋ ਫੋਨ ਕਨੈਕਟਡ ਨੋ ਇਹਦੀ ਹੋਰ ਚੀਜ਼ ਆਏ ਕਿ ਇਹਦੇ ਕੰਟਰੋਲਸ ਵਗੈਰਾ ਇੱਥੋਂ ਵੀ ਸਾਰੇ ਹੋ ਜਾਂਦੇ ਨੇ ਆਪਣੇ ਹੀਟਡ ਸੀਟ ਔਨ ਕੀਤੀ ਕਰਨੀ ਇੱਥੋਂ ਔਨ ਕਰਤੀ ਇੱਥੋਂ ਲੋਅ ਕਰਤੀ ਇੱਥੋਂ ਔਫ ਕਰਤੀ ਠੀਕ ਹੈ ਜਿਵੇਂ ਮੈਂ ਆਪਣੀ ਵਾਲੀ ਆਪਣੇ ਵਾਲੀ ਹੀਟਡ ਸੀਟ ਔਨ ਕਰਨੀ ਹੈ ਮਿਰਰ ਡਿਮਰ ਕਰਨੇ ਨੇ ਠੀਕ ਹੈ ਡਿਮ ਕਰਨਾ ਇੱਥੋਂ ਕਰਤੇ ਸਾਰੀ ਗੱਡੀ ਦੇ ਕੰਟਰੋਲ ਸਾਰੀ ਸਕਰੀਨ ਤੋਂ ਹੋ ਜਾਂਦੇ ਆ ਹੀਟਡ ਵੀਲਸ ਇਹ ਨੇ ਆਪਣੇ ਜਿਹੜਾ ਸਟੇਅਰਿੰਗ ਵੀਲ ਹੈ ਉਹ ਵੀ ਹੀਟਡ ਹੈ ਠੀਕ ਹੈ ਹੀਟਡ ਸਟੇਅਰਿੰਗ ਵੀਲ ਔਨ ਕਰਤੇ ਤਾਂ ਸਾਰਾ ਗਰਮ ਹੋ ਜਾਏਗਾ ਕਿਉਂਕਿ ਸਰਦੀਆਂ 'ਚ ਲੋੜ ਪੈਂਦੀ ਹੈ ਇਹਦੀ ਠੀਕ ਹੈ ਹੁਣ ਇਹ ਵੈਂਟਡ ਸੀਟ ਅਗਰ ਤੁਸੀਂ ਇਹਨੂੰ ਮਤਲਬ ਠੰਡਾ ਚਲਾਉਣਾ ਤਾਂ ਉਹ ਵੀ ਹੋ ਜੂਗਾ ਇਹਨੂੰ ਦਬਾਤਾ ਹੁਣ ਕੂਲ ਮਤਲਬ ਸੀਟ ਜਿਹੜੀ ਹੈ ਥੋੜ੍ਹੀ ਕੂਲ ਰਹੂਗੀ ਲੋ ਕਰਤਾ ਔਫ ਕਰਤਾ ਸੇਮ ਪੈਸੈਂਜਰ ਸੀਟ ਲਈ ਹੋ ਗਿਆ ਇੱਧਰ ਠੀਕ ਹੈ ਸੈਟਿੰਗਸ ਚੱਲ ਗਏ ਡਿਸਪਲੇ ਦੇਖ ਲਈ ਡਿਸਪਲੇ ਵਗੈਰਾ ਚੇਂਜ ਕਰਨੀ ਹੈ ਅਤੇ ਬ੍ਰਾਈਟਨੈਸ ਹੋ ਜੂਗੀ ਸਾਰੀ ਮਤਲਬ ਸੈਟਿੰਗਸ ਗੱਡੀ ਦੀ ਇੱਥੋਂ ਹੋ ਜਾਂਦੀਆਂ ਨੇ ਜੋ ਵੀ ਕਰਨਾ ਅਤੇ ਇਹ ਫੋਨ ਵਗੈਰਾ ਕੁਨੈਕਟ ਕੀਤਾ ਅਤੇ ਤਾਂ ਇਹ ਕਲਾਈਮੇਟ ਇੱਥੋਂ ਏ ਸੀ ਉਸੀ ਵਗੈਰਾ ਔਫ ਔਨ ਔਫ ਕਰਨਾ ਇੱਥੋਂ ਵੀ ਕਰ ਸਕਦੇ ਹਾਂ ਇੱਥੋਂ ਵੀ ਕਰ ਸਕਦੇ ਹਾਂ ਸਾਰਾ ਕੁਝ ਠੀਕ ਹੈ ਫਿਰ ਇਹ ਆਪਣੇ ਐਪਸ ਵਗੈਰਾ ਦਾ ਜਿਹੜਾ ਹੋ ਗਿਆ ਆਡੀਓ ਸੈਟਿੰਗਸ ਵਗੈਰਾ ਕੰਟਰੋਲਸ ਤਾਂ ਆਪਾਂ ਦੇਖ ਹੀ ਲਏ ਇਹ ਨੈਵੀਗੇਸ਼ਨ ਆ ਗਈ ਠੀਕ ਹੈ ਵਿਊ ਮੈਪ ਵੇਅਰ ਟੂ ਗੋ ਸਪੈਲ ਸਿਟੀ ਅਤੇ ਬਾਕੀ ਗੱਡੀ ਬਹੁਤ ਵਧੀਆ ਇੰਜਣ ਬੜਾ ਜ਼ਬਰਦਸਤ ਹੈ ਗੱਡੀ ਦਾ ਦੌੜਦੀ ਪੂਰੀ ਆ ਅੱਜ ਜਿਵੇਂ ਆਪਣੀ ਬਾਰਿਸ਼ ਹੋਈ ਪਈ ਆ ਅਤੇ ਬਾਰਿਸ਼ 'ਚ ਇਹ ਸਕਿੱਡ ਬੜੀ ਮਾਰਦੀ ਹੈ ਕਿਉਂਕਿ ਇੱਕਦਮ ਡਰਿਫਟ ਜੀ ਮਾਰਦੀ ਹੈ ਕਿਉਂਕਿ ਸਪੀਡ ਇੱਕਦਮ ਫੜਦੀ ਹੈ ਤਾਂ ਗਲੀ ਤਾਂ ਕਰਕੇ ਬਾਕੀ ਚਾਰਜਰ ਇੱਥੇ ਵੀ ਲਿਖਿਆ ਹੋਇਆ
ਤੇ ਬਾਕੀ ਸਾਰੀ ਤੇ ਚਲਾ ਕੇ ਦੱਸਾਂ ਗੱਡੀ ਕਿੱਦਾਂ। ਤੁਸੀਂ ਆਹ ਦੇਖ ਲਓ ਇੱਥੇ ਰੇਸ ਰੂਸ ਦਿੱਤੀ ਤੇ ਟਾਕੋਮੀਟਰ ਵਗੈਰਾ, ਜਾਂ ਟਾਕੋਮੀਟਰ ਕਹਿੰਦੇ ਨੇ ਇਹਨੂੰ। ਹੁਣ ਅਗਰ ਆਪਾਂ ਮੈਨੂਅਲ 'ਚ ਚਲਾਉਣੀ ਹੈ ਗੱਡੀ ਤਾਂ ਗੇਅਰ ਅਪ ਕਰਨਾ ਤਾਂ ਇੱਥੋਂ ਹੋਏਗਾ, ਗੇਅਰ ਡਾਊਨ ਕਰਨਾ ਤਾਂ ਇੱਥੋਂ ਹੋ ਜਾਏਗਾ, ਠੀਕ ਹੈ। ਇਹ ਅੰਦਰ ਦੇ ਆਪਦੇ ਇੰਟੀਰੀਅਰ ਦੇ ਸਾਰਾ ਕੁਛ, ਜਿਹੜੇ ਇਹ ਨਾਲ ਅੱਗੇ ਪਿੱਛੇ ਕਰਨਾ, ਜਿਹੜੀ ਸਕਰੀਨ ਪ੍ਰੈਸ, ਓਕੇ। ਇੱਥੋਂ ਉੱਪਰ ਨੀਚੇ ਹੋ ਗਿਆ, ਇਹ ਟਾਇਰਾਂ ਦਾ ਆ ਗਿਆ ਕਿ ਟਾਇਰਾਂ 'ਚ ਕਿੰਨੀ ਹਵਾ, ਇਹ ਕਿੰਨੀ ਹੋਰ ਚੱਲੇਗੀ, ਟੋਪ ਸਪੀਡ ਆ ਗਈ, ਇਹ ਰੇਂਜ ਆ ਗਈ ਕਿ 105 ਕਿਲੋਮੀਟਰ ਹੋਰ ਚੱਲੇਗੀ, ਇਹ ਦੇਖੋ, ਠੀਕ ਹੈ। ਕਰੰਟ ਆ ਗਈ, ਕਰੰਟ ਸਪੀਡ ਕਿੰਨੀ ਹੈ, ਉਹ ਤਾਂ ਚੱਲ ਹੈ ਹੀ ਨਹੀਂ। ਐਵਰੇਜ ਆ ਗਈ 9.7 ਕਿਲੋਮੀਟਰ ਪਰ ਲੀਟਰ ਦੀ ਐਵਰੇਜ ਹੈ। ਮਿਊਜ਼ਿਕ ਔਫ ਹੈ, ਮਿਊਜ਼ਿਕ ਦਾ ਆ ਗਿਆ, ਨੋ ਮੈਸੇਜ ਵਗੈਰਾ ਆ ਗਿਆ ਆਪਣਾ। ਸੋ ਇਹ ਸਾਰੇ ਇੱਥੋਂ ਆ, ਠੀਕ ਆ। ਫਿਰ ਆਪਣੀ ਕੋਲ ਚੱਕਣੀ ਇੱਥੋਂ ਹੈ, ਆਪਣੇ ਗਾਣੇ ਗੁਣਿਆਂ ਦਾ ਹੋ ਗਿਆ ਸਾਰਾ। ਹੁਣ ਲਾਈਟਾਂ, ਇਹਦੇ 'ਚ ਲਾਈਟਾਂ ਦਾ ਸਿਸਟਮ ਸਾਰਾ ਇੱਥੋਂ ਹੈ। ਇਹਨੂੰ ਆਟੋ 'ਤੇ ਹੀ ਰੱਖੇ ਬੰਦਾ, ਠੀਕ ਹੈ। ਆਟੋ 'ਤੇ ਜਿਹੜੀ ਬਾਹਰ ਜਿੰਨੀ ਕੁ ਰੋਸ਼ਨੀ ਆ, ਉਹਦੇ ਹਿਸਾਬ ਨਾਲ ਲਾਈਟਾਂ ਲੁੱਟਾਂ ਚੱਲਦੀਆਂ ਰਹਿਣਗੀਆਂ। ਇਹ ਲਾਈਟਾਂ ਲੁੱਟਾਂ ਅਗਰ ਅੰਦਰਲੀਆਂ ਘੱਟ ਵੱਧ ਕਰਨੀਆਂ ਨੇ, ਅਗਰ ਅੰਦਰਲੇ ਪੂਰੀ ਲਾਈਟ ਵਧਾਉਣੀ, ਤੁਸੀਂ ਦੇਖੋ ਜਿਵੇਂ ਇਹਨੂੰ ਬਿਲਕੁਲ ਡਾਊਨ ਕਰਤਾ ਅਤੇ ਇਹ ਲਾਈਟ ਬੰਦ ਹੈ। ਜਦੋਂ ਮੈਂ ਇਹਨੂੰ ਅਪ ਕਰਾਂਗਾ ਨਾ, ਦੂਜੀ ਚੀਜ਼ਾਂ 'ਤੇ ਚੱਲਣਗੀਆਂ, ਨਾਲ ਲਾਈਟ ਵੀ ਚੱਲ ਜੂਗੀ। ਹੁਣ ਮੈਂ ਅਪ ਕਰਤਾ ਬਿਲਕੁਲ, ਜਦੋਂ ਫੁੱਲ 'ਤੇ ਕਰਤਾ ਤਾਂ ਇਹ ਵੀ ਚੱਲ ਗਈਆਂ ਲਾਈਟਾਂ, ਪਿਛਲੀਆਂ ਸਾਰੀਆਂ, ਸਾਰਾ ਕੁਛ ਚੱਲ ਗਿਆ। ਤਾਂ ਉਹ ਚੀਜ਼ ਆਪਾਂ ਇੱਥੇ ਹੀ ਕਰ ਸਕਦੇ ਹਾਂ। ਇਹਨੂੰ ਲੋ ਹੀ ਰੱਖਦੇ ਹਾਂ ਥੋੜ੍ਹਾ, ਲਓ ਜੀ। ਹੋਰ ਦਿਖਾਉਣ ਵਾਲਾ ਕੁਛ ਹੈ ਨਹੀਂ। ਅਤੇ ਪੁਸ਼ ਔਨ ਔਫ, ਇਹ ਆਪਣਾ ਇਹਦੀ ਜਿਹੜੀ ਹੈਂਡ ਬ੍ਰੇਕ ਹੈ, ਹੈਂਡ ਬ੍ਰੇਕ ਇੱਥੇ ਆ, ਇਹ ਦੇਖੋ ਹੈਂਡ ਬ੍ਰੇਕ ਕਿੱਥੇ ਆ, ਇਹਨੂੰ ਦਬਾਇਆ, ਹੈਂਡ ਬ੍ਰੇਕ ਲੱਗ ਗਈ ਆ। ਹੈਂਡ ਬ੍ਰੇਕ ਕੀ ਫੁੱਟ ਬ੍ਰੇਕ ਹੀ ਹੋ ਗਈ, ਜਿਹੜੀ ਪਾਰਕਿੰਗ ਬ੍ਰੇਕ ਕਹਿੰਦੇ ਆਪਾਂ। ਇਹ ਅੱਗੇ ਤਾਂ ਬੋਨਟ ਦਾ ਆ, ਇਹਨੂੰ ਦਬਾ ਕੇ ਇਹਨੂੰ ਹੈਂਡ ਬ੍ਰੇਕ ਨੂੰ ਖੋਲ ਲਿਆ। ਬਾਕੀ ਚੱਲੀਏ ਅੱਗੇ ਅਤੇ ਅੱਗੇ ਮਿਲਦੇ ਆ। ਅਤੇ ਆ ਗਿਆ ਜੇ ਗੱਡੀ ਦਾ ਮਾਲਕ। ਸਤਿ ਸ਼੍ਰੀ ਅਕਾਲ ਜਨਾਬ। ਸਤਿ ਸ਼੍ਰੀ ਅਕਾਲ ਮਹਾਰਾਜ। ਹੋਰ ਕੀ ਚੱਲਦਾ? ਆਪਾਂ ਯਾਰ ਤੁਹਾਨੂੰ ਬਰਲਿੰਗਟਨ ਵਾਟਰ ਫਰੰਟ ਪਾਰਕ ਲੈ ਕੇ ਆਏ ਆ। ਓਕੇ, ਅੱਗੇ ਫਿਰ ਤੇ ਆਪਾਂ ਹੁਣ ਤੁਹਾਨੂੰ ਪਾਰਕ ਵਿਖਾਉਣੀ ਹੈ। ਦਿਖਾ ਦੇਣੀ ਹੈ ਪੂਰੀ? ਪੂਰੀ ਵਿਖਾਣੀ, ਉਤੋਂ ਨਾਇਗਰਾ ਫਾਲਸ ਬ੍ਰਿਜ ਉਹ ਵੀ ਵਿਖਾਣਾ ਆਪਾਂ ਤੁਹਾਨੂੰ। ਚੱਲ ਫਿਰ ਚੱਲੀਏ। ਓ ਯਾਰ ਬ్రో, ਯੂਰ ਕਾਰ ਇਸ ਟੂ ਫਾਸਟ ਮੈਨ। ਆਪਾਂ ਇਹ ਤੁਹਾਨੂੰ ਵਿਖਾਉਣੀ ਆ ਵਾਟਰ ਫਰੰਟ ਪਾਰਕ ਲੇਕ ਸ਼ੋਰ। ਤੇ ਪਹਿਲਾਂ ਇਹ ਦੱਸ ਨਾ ਕੀ ਨਾਮ ਗੱਡੀ ਕਿੰਨੇ ਦੀ ਪਈ? ਗੱਡੀ ਯਾਰ ਬੜੀ ਮਹਿੰਗੀ ਪੈ ਗਈ। ਕਿੰਨੇ ਦੀ ਲਈ ਗੱਡੀ? ਯਾਰ ਆਪਾਂ ਖਰੀਦੀ ਸੀ 63,000 ਦੀ। 63 ਦੀ? 63,000। 63? ਹਾਂਜੀ। ਇਹ ਸਾਰਾ ਕੁਝ ਕੀ ਨਾਮ ਇੰਟਰਸਟ ਵਗੈਰਾ ਪਵਾ ਕੇ ਐਵਰੀਥਿੰਗ। ਤੇ ਬੇਸ ਪ੍ਰਾਈਸ ਕਿੰਨਾ ਹੈ ਗੱਡੀ ਦਾ? ਗੱਡੀ ਦਾ ਬੇਸ ਪ੍ਰਾਈਸ ਸੀ 49,000। 49? ਹਾਂ ਯਾਰ। ਫਿਰ ਇੰਟਰਸਟ ਇੰਟਰਸਟ ਪਾ ਕੇ ਸਾਰਾ ਕੁਝ 63,000 ਦੀ ਪੈ ਗਈ। ਹਾਂਜੀ ਹਾਂਜੀ, ਇੰਟਰਸਟ ਪਾ ਕੇ ਤੇ ਟੈਕਸ ਟੁਕਸ ਪਾ ਕੇ ਵਾਹਿਗੁਰੂ ਤੁਹਾਡਾ ਭਲਾ ਕਰੇ 63,000 ਦੀ ਪੈ ਗਈ ਗੱਡੀ। 63,000 ਦੀ? ਹਾਂਜੀ। ਤੇ ਕਿਹੜਾ ਯਾਰ ਇਹ ਹੈਗਾ? ਆਪਣਾ 2020। 2020? ਤੇ ਮਾਡਲ ਕਿਹੜਾ? ਮਾਡਲ ਹੈਗਾ ਆਪਣਾ ਡੋਜ ਚਾਰਜਰ SX3। ਹੁਣ ਪਿਛਲੇ ਵਾਲੇ ਬੰਦਿਆਂ ਦਾ ਨਾ ਉਹ ਕਰਾ ਦੇ ਆਪਣਾ ਇੰਟਰੋਡਕਸ਼ਨ ਪਿੱਛੇ। ਉਹ ਆਪਣਾ ਮੈਂ ਜਨਾਬ ਵਲੌਗਿੰਗ ਛੱਡਦੇ ਆ, ਅੱਜ ਵਲੌਗਿੰਗ ਬਾਈ ਸਾਹਿਬ ਕਰਨਗੇ। ਮੈਂ ਗੱਡੀ ਦਾ ਸਵਾਲ ਲੈ ਰਿਹਾ ਬਸ ਚਲਾਉਣ ਦਾ। ਹਾਂਜੀ, ਤੇ ਗੱਡੀ ਦਾ ਫਾਈਨੈਂਸ਼ੀਅਲ ਲੋ ਦੀ ਤਸਵੀਰ, ਗੱਡੀ ਕਿਦਾਂ ਚੱਲਦੀ ਆ, ਸਪੀਡ ਚੱਲਦੀ ਆ, ਹਾਰਡ ਚੱਲਦੀ ਆ, ਜਿਹੜੀ 80 ਦੀ ਕੀਤੀ ਪਈ ਇਹਨਾਂ ਨੇ ਭਜਾਈਏ। ਹਾਂ, ਵਿਊ ਚੈੱਕ ਕਰੋ। ਤੁਸੀਂ ਨਹੀਂ ਪਤਾ ਬਟ ਜੇ ਮੈਕਡੋਨਲਡ ਦੇ ਉੱਤੇ ਤਾਂ ਉੱਥੇ ਜਿਮ ਆ, ਜਿਮ ਦੇ ਲਾਗੇ ਜੀ ਐਸੀ ਆ, ਇੰਨਾ ਮੈਨੂੰ ਪਤਾ। ਬਟ ਮੇਰੇ ਸਾਹਮਣੇ ਬ੍ਰਿਜ ਆ, ਪੁੱਛ ਲੈ ਤੂੰ ਇਨਫੋਰਮੇਸ਼ਨ ਸੈਂਟਰ ਚ। ਓ ਯਾ, ਤੇ ਆ ਗੱਡੀ ਆ, ਤੂੰ ਜਿਹੜਾ ਮਰਜ਼ੀ ਲੈ ਲੈ, ਜਿਹੜਾ ਤੂੰ ਆਪਣੇ ਲਾ ਉਹ ਤੂੰ ਮੇਰੇ ਲੈ। ਚਲ ਇੰਟਰੋਡਕਸ਼ਨ ਕਰਾ ਸਾਰੇ ਬੰਦਿਆਂ ਦਾ। ਉਹ ਆਪਣਾ ਵੀਰਾ ਪਾਲੀ, ਇਹ ਪਾਲੀ ਹਾਊ ਯੂ ਮੈਨ, ਸਭ ਤੋਂ ਰਾਈਟ ਸਾਈਡ ਤੇ ਬੈਠਾ ਜਿਹੜਾ। ਹਾਂਜੀ, ਜਿਹੜਾ ਸੈਂਟਰ ਬੈਠਾ ਹੈ, ਮੁੰਡੇ ਨੂੰ ਫ੍ਰੈਂਚ ਵੀ ਆਉਂਦੀ ਹੈ, ਇਹਦਾ ਨਾਮ ਨਿਕਲ ਗਿਆ। ਬਾਤ ਹੈ, ਫਿਰ ਫ੍ਰੈਂਚ ਵਾਲੀ ਚਲਾਣੀ ਸੀ ਫਾਈਲ ਆਪਣੀ। ਦੇਖੋ ਵੀਰ ਜੀ, ਪੇਪਰ ਹੀ ਸਾਰੇ ਬੰਦ ਹੈ, ਕਰੀਏ। ਓਕੇ, ਉਹ ਜਿਹੜਾ ਪਿੱਛੇ ਬੈਠਾ, ਵਨ ਐਂਡ ਓਨਲੀ ਵਨ ਮੈਨ ਆਰਮੀ, ਪਿੰਡਰ ਜੱਟ। ਤੇ ਮੈਂ ਪ੍ਰਭਜੋਤ ਸਿੰਘ, ਇਹ ਆਪਣੇ ਯੂਟਿਊਬਰ ਸਤਿਕਾਰਯੋਗ ਯੂਟਿਊਬਰ ਪ੍ਰਭ ਕੋਰਵਾ। ਪ੍ਰਭ ਕੋਰਵਾ? ਓ ਯਾ। ਤੇ
ਮੇਰਾ ਨਾਂ ਕਰਨ ਦਾ ਕਹਿੰਦਾ ਮੈਂ ਤੁਹਾਡਾ ਚਲ ਫੀਚਰ ਫੀਚਰ ਦੱਸ ਗੱਡੀ ਦੇ ਕੋਈ ਵਧੀਆ ਜੇ ਯਾਰ ਗੱਡੀ ਦਾ ਫੀਚਰ ਇਦਾਂ ਵਾ ਕਿ ਇੱਕ ਦੇ ਚ ਕੀ ਜੇ ਤੁਹਾਡੇ ਪਿੱਛੇ ਗੱਡੀ ਆ ਜਾਂਦੀ ਤੇ ਇੰਡੀਕੇਟਰ ਦਿੱਤਾ ਰਾਈਟ ਇਹ ਬੀਪ ਆਊਟ ਹੋ ਜਾਂਦਾ ਇਹਨੂੰ ਆਪਾਂ ਕਹਿੰਦੇ ਕਿ ਬਲਾਈਂਡ ਸਪੋਟ ਸੈਂਸਰ ਕਹਿ ਲਓ ਡਿੱਗੀ ਦੇ ਪਿੱਛੇ ਲਾਲ ਡਿੱਗੀ ਆ ਜਿਹੜੀ ਤੁਹਾਨੂੰ ਨਹੀਂ ਨਜ਼ਰ ਆਉਂਦੀ ਮਤਲਬ ਜੇ ਤੁਸੀਂ ਪਿੱਛੇ ਇੱਦਾਂ ਕਰਕੇ ਉਹ ਹੀ ਨਜ਼ਰ ਆਉਂਦੀ ਆਹ ਸ਼ੀਸ਼ਾ ਚ ਨਹੀਂ ਨਜ਼ਰ ਆਉਂਦੀ ਤੇ ਇਹਨੇ ਬੀਪ ਆਊਟ ਕਰ ਲੈਣਾ ਗੱਡੀ ਬੀਪ ਕਰ ਲੈਣਾ ਠੀਕ ਹੈ ਤੇ ਜੇ ਤੁਸੀਂ ਜੇ ਵੈਸੇ ਤਾਂ ਡਿੱਗੀ ਨਾਲ ਕੇ ਗੱਡੀ ਆ ਗਈ ਆ ਤੇ ਐਕਸਪੈਰੀਮੈਂਟ ਕਰ ਸਕਦੇ ਉਹ ਉੱਥੇ ਇੱਕ ਟ੍ਰਾਇੰਗਲ ਜਾ ਵਾ ਉਹ ਜਗ ਜਾਣਾ ਉਹ ਟ੍ਰਾਇੰਗਲ ਚੱਲ ਜਾਂਦਾ ਹਾਂਜੀ ਹਾਂਜੀ ਉਹ ਬਲਾਈਂਡ ਸਪੋਟ ਵਾਲੇ ਇੰਡੀਕੇਟਰ ਹੁੰਦੇ ਆ ਹਾਂਜੀ ਮਿਰਰ ਚ ਉੱਥੇ ਤੁਹਾਨੂੰ ਇਹ ਪਤਾ ਲੱਗ ਜਾਣਾ ਤੁਹਾਡੇ ਡਿੱਗੀ ਦੇ ਨਾਲ ਕੋਈ ਗੱਡੀ ਹੈਗੀ ਆ ਅੱਛਾ ਠੀਕ ਆ ਕਿ ਤੁਸੀਂ ਫਿਰ ਲੇਨ ਨਾ ਚੇਂਜ ਕਰੋ ਹਾਂਜੀ ਮੁੰਡਾ ਪੀਆਰ ਆ ਬੰਦਾ ਹੋ ਰਿਹਾ ਆਪਣਾ ਮੈਂ ਆਪਾਂ ਸਾਰੇ ਜੇ ਇੱਕ ਇਕੱਲਾ ਬੰਦਾ ਪੀਆਰ ਮੈਂ ਇਕੱਲਾ ਪੀਆਰ ਆ ਮੈਂ ਇਕੱਲਾ ਸਕਸੈਸਫੁਲ ਹੋਇਆ ਲਾਈਫ 'ਚ ਤੁਸੀਂ ਕਮੈਂਟ 'ਚ ਦੱਸਣਾ ਇਹ ਸ਼ਕਲੋਂ ਪੀਆਰ ਲੱਗਦਾ ਹੈ ਇਹ ਲੱਗਦਾ ਕਿ ਲੱਗਦਾ ਸ਼ਕਲੋਂ ਲੱਗਦਾ ਨਹੀਂ ਪਰ ਹੈ ਪੀਆਰ ਸ਼ਕਲੋਂ ਪਿਆ ਮੈਂ ਰਫੀਜੀ ਲੱਗਾ ਬਟ ਮੇਰਾ ਸਟੇਟਸ ਪੀਆਰ ਆ ਸਟੇਟਸ ਨਾ ਯਾਰੀ ਦੋਸਤੀ ਆਪਣੀ ਜਗ੍ਹਾ ਸਟੇਟਸ ਆਪਣੀ ਜਗ੍ਹਾ ਸਹੀ ਗੱਲ ਸਹੀ ਗੱਲ ਹੋਰ ਗੱਲਬਾਤ ਕੋਈ ਗੱਡੀ ਬਾਰੇ ਯਾਰ ਗੱਡੀ ਭਾਜੀ ਇਦਾਂ ਵਾ ਕਿ ਮੈਂ ਬਹੁਤ ਲਾਈਕ ਕੀਤਾ ਪਰਸਨਲੀ ਮੈਂ ਗੱਡੀ ਬੜੀ ਲਾਈਕ ਕੀਤੀ ਹੈ ਮੈਨੂੰ ਇੱਕ ਸਾਲ ਹੋ ਗਿਆ ਪ੍ਰੋਬਲਮ ਨਹੀਂ ਆਈ ਗਈ ਇੱਕ ਚੀਜ਼ ਆਇਆ ਖੁੱਲੀ ਬੜੀ ਹੈ ਹਨਾ ਖੁੱਲੀ ਡੁੱਲੀ ਆ ਪੰਜ ਬੰਦੇ ਆਰਾਮ ਨਾਲ ਬਹਿ ਜਾਂਦੇ ਆ ਤੇ ਹੈਵੀ ਗੱਡੀ ਹੈ ਹੈਵੀ ਗੱਡੀ ਆ ਠੀਕ ਹੈ ਯਾਰ ਕੋਲ ਦੀ ਨਹੀਂ ਉਬਰ ਆਵਰ ਵਿੱਚ ਚਲਾਈ ਦੀ ਉਬਰ ਲਈ ਵੀ ਕੰਫਰਟੇਬਲ ਆ 10 ਕਿਲੋਮੀਟਰ ਪਰ ਤੇ ਉਬਰ ਕੀ ਜਿਹੜਾ ਕੰਫਰਟ ਵਾਲੀ ਤੇ ਚਲਾਉਂਦੇ ਕਿ ਸਿੰਪਲ ਜਿਹੜੀ ਗੱਡੀਆਂ ਵਾਲੀ ਹੁੰਦੀ ਆ ਮੈਂ ਉਬਰ ਚਲਾਉਣਾ ਰੈਗੂਲਰ ਓਕੇ ਓਕੇ ਜਿੰਨੇ ਕੋ ਪੈਸੇ ਬਣ ਜਾਂਦੇ ਉਹ ਚ ਭਾਈ ਜਿੱਦਾਂ ਕੱਲ ਮੈਂ ਚਲਾਈ ਸੀ ਕੱਲ ਸੈਚਰਡੇ ਸੀ ਰਾਈਟ ਨਾਓ ਤੇ ਡਾਊਨ ਟਾਊਨ ਚ ਮੈਂ ਚਲਾਈ ਸੀ ਤੇ 3 ਘੰਟੇ ਦੇ ਵਿੱਚ ਵਿੱਚ ਮੈਂ ਅਰਾਊਂਡ 140 ਅਰਨ ਕਰ ਗਿਆ ਬੈਕ ਟੂ ਬੈਕ ਰਾਈਡ ਆਈਆਂ ਬੈਕ ਟੂ ਬੈਕ ਜਿਹਨੂੰ ਕਹਿੰਦੇ ਤੇ ਆਪਣੇ ਪੈਸੇ ਪਰ ਜਦੋਂ ਕਦੇ ਕਦੇ ਬਿਜ਼ੀ ਨਹੀਂ ਹੁੰਦਾ ਫਿਰ ਇਦਾਂ ਹੁੰਦਾ ਕਿ ਫਿਰ ਤੁਹਾਡੇ ਟਾਈਮ ਤੋਂ ਵੱਧ ਲੱਗ ਜਾਂਦਾ ਵਾ ਪਰ ਪੈਸੇ ਬਣ ਜਾਂਦੇ ਆ ਲਾਈਕ ਉਬਰ ਬਿਜ਼ੀ ਹੁੰਦੀ ਆ ਠੀਕ ਹੈ ਜੀ ਵੀਕ ਡੇਸ 'ਚ ਕਦੇ ਕਦਾਂ ਹੀ ਹੁੰਦਾ ਕਿ ਨਹੀਂ ਆਉਂਦੀ ਰਾਈਡਸ ਫਿਰ ਤੁਹਾਨੂੰ ਪਾਰਕਿੰਗ ਲੋਟ ਗੱਡੀ ਲਾ ਕੇ ਵੇਟ ਕਰਨੀ ਪੈਂਦੀ ਠੀਕ ਹੈ ਕਦੇ ਕਦੇ ਵੀਕ ਡੇਸ 'ਚ ਬਿਜ਼ੀ ਹੋ ਜਾਂਦਾ ਹਾਂਜੀ ਬਾਕੀ ਕਰਤੀ ਸਟਾਰਟ ਓ ਯਾਰ ਗੱਡੀ ਦਾ ਸਾਰਾ ਕੁਝ ਦੱਸਦੇ ਆ ਤੁਹਾਨੂੰ ਇਹ ਕੀ ਆਉਣਾ ਹੈ ਦੱਸ ਇਹ ਬੰਦਾ ਬਾਜ ਬੰਦੇ ਦੀ ਆਏਗੀ ਮੈਂ ਪੁੱਛਾਂਗਾ ਕੀ ਹੈ ਸਪੋਰਟ ਮੋਡ ਆਪਣਾ ਆ ਹੈਗਾ ਆਪਣਾ ਸਪੋਰਟ ਮੋਡ ਕਿ ਜਦੋਂ ਆਪਾਂ ਗੱਡੀ ਮਤਲਬ ਕਿ ਇਹ ਇੱਕਦਮ ਖਿੱਚਣੀ ਹੁੰਦੀ ਹੈ ਹਾਂ ਦੜਾਣੀ ਦੜਾਉਣੀ ਆ ਪੂਰੀ ਇਹ ਚਾਹੇ ਕਿ ਸਟੀਅਰਿੰਗ ਵੀ ਹੋ ਜਾਂਦਾ ਥੋੜਾ ਐਕਸਟਰਾ ਹੋ ਜਾਂਦਾ ਆ ਸਟੀਅਰਿੰਗ ਹਾਂ ਮਤਲਬ ਕਿ ਹਾਰਡ ਹੋ ਜਾਂਦਾ ਗੱਡੀ ਦੇ ਟਾਇਰ ਵੀ ਮਤਲਬ ਗੱਡੀ ਜੰਮ ਕੇ ਚੱਲਦੀ ਹੈ ਜੰਮ ਕੇ ਚੱਲਦੀ ਹੈ ਜਦੋਂ ਸਪੋਰਟ ਮੋਡ ਹੋ ਰਿਹਾ ਟ੍ਰੈਕਸ਼ਨ ਕੰਟਰੋਲ ਬੋਰਡ ਨਾਲ ਹੀ ਹੋ ਜਾਣਾ ਇਹ ਸੁਪਰ ਟਰੈਕ ਪੈਕ ਹੈ ਜਿਹੜਾ ਹਾਂਜੀ ਹਾਂਜੀ ਇਹ ਮਤਲਬ ਜਿਵੇਂ ਹੁਣ ਬਾਰਿਸ਼ ਹੀ ਅੱਜ ਸਲਿਪ ਸਲੁਪ ਕਰਦੀ ਹੈ ਗੱਡੀ ਤੇ ਆ ਦਵਾਤਾ ਹਾਂਜੀ ਹਾਂਜੀ ਸੋ ਇਹ ਨਾਲ ਕੀ ਨਾਮ ਹੈ ਥੋੜਾ ਕੰਟਰੋਲ ਵੱਧ ਜਾਂਦੇ ਨੇ ਹਾਂਜੀ ਇਹ ਟ੍ਰੈਕਸ਼ਨ ਵਾਲਾ ਹੈ ਸਨੂ ਸਨੂ ਚ ਕੰਮ ਆਉਂਦਾ ਹੈ ਇਹਦੇ ਚ ਵੀ ਕੰਮ ਆਉਂਦਾ ਆਪਣੇ ਹਾਂਜੀ ਹਾਂਜੀ ਆ ਪਾਰਕਿੰਗ ਚ ਕੀ ਆਪਣੇ ਆਟੋ ਪਾਰਕਿੰਗ ਵੀ ਹੈ ਆਪਣੇ ਨਹੀਂ ਆਟੋ ਪਾਰਕਿੰਗ ਨਹੀਂ ਹੈਗੀ ਇਦਾਂ ਹੈ ਕਿ ਜਦ ਆਪਾਂ ਰਿਵਰਸ ਪਾਉਂਦੇ ਹਾਂ ਗੱਡੀ ਰਾਈਟ ਹਾਂ ਹਾਂ ਤੇ ਜੇ ਮਤਲਬ ਕਿ ਸਭ ਪਿੱਛੋਂ ਦਾ ਸਾਰਾ ਮਤਲਬ ਕਿ ਜੇ ਗੱਡੀ ਲਾ ਕੇ ਕੋਈ ਗੱਡੀ ਆਉਂਦੀ ਹੈ ਕੋਈ ਵੀ ਚੀਜ਼ ਆਉਂਦੀ ਹੈ ਇਹਨੇ ਬੀਪ ਕਰ ਲੈਣਾ ਦੱਸ ਦੇਣਾ ਕਿ ਹਾਂ ਵੀ ਤੁਹਾਨੂੰ ਮਤਲਬ ਗੱਡੀ ਵਿੱਚ ਲੱਗੀ ਚਲ ਠੀਕ ਹੈ ਹੋ ਗਿਆ ਓਕੇ ਓਕੇ ਹੁਣ ਆਪਾਂ ਚਲਾ ਕੇ ਦੱਸਦੇ ਹਾਂ ਥੋੜੀ ਜੀ ਹਾਂਜੀ ਡੋਜ ਦੀ ਗੱਡੀ ਹੈਗੀ ਹੈ ਲੈਫਟ ਟਰਨ ਲੈ ਲਿਆ ਤੇ ਬੱਸ ਵਾਲੇ ਨੂੰ ਗਾਲਾਂ ਕੱਢਣੀਆਂ ਦਿਲ ਕਰਦਾ ਪਿਆ ਕਿਉਂਕਿ ਉਹਨੇ ਗਲਤ ਮੋੜੀ ਆ ਸਾਡਾ ਐਡਵਾਂਸ ਸਿਗਨਲ ਪਰ ਉਹ ਚਲੋ ਬੱਸ ਵਾਲਾ ਇੱਥੇ ਆਪਾਂ ਤੁਹਾਨੂੰ ਦੜਾ ਕੇ ਨਹੀਂ ਦੱਸ ਸਕਦੇ ਅੱਗੇ ਤੁਹਾਨੂੰ ਦੜਾ ਕੇ ਵੀ ਦੱਸਾਂਗੇ ਥੋੜੀ ਸਪੋਰਟਸ ਪਾ ਦਿੰਦੇ ਸਪੋਰਟਸ ਪਾ ਕੇ ਆਪਾਂ ਸਪੋਰਟਸ ਪਾਤੀ ਤੇ ਆ ਦੇਖੋ ਇੱਥੇ ਆ ਗਿਆ ਟ੍ਰੈਕਸ਼ਨ ਕੰਟਰੋਲ ਸਪੋਰਟ ਹਾਂਜੀ ਦਿਖਾ ਅੱਗੋਂ ਦੇ ਦਿਖਾ ਦੇ ਹਾਂ ਤੇ ਹੁਣ ਆ ਸਾਹਮਣੇ ਦੇਖੋ ਹਾਈਵੇ ਤੇ ਚੜ ਜਾਣਾ ਵਾਲੇ ਤੇ ਆਪਾਂ ਆਪਾਂ ਸਾਊਥ ਨਹੀਂ ਜਾਣਾ ਆਪਾਂ ਕਿੱਧਰ ਨੂੰ ਜਾਣਾ ਜਿੱਧਰ ਵੀ ਜਾਣਾ ਬਸ ਹਾਈਵੇ ਤੇ ਚੜ ਜਾਾਂਗੇ ਇਹ ਆ ਐਗਜ਼ਿਟ ਕੋਈ ਵੀ ਲੈ ਲਓ ਹਾਂ ਤੇ QEW ਤੇ ਜਾਣਾ ਆਪਾਂ ਤੇ ਫਿਰ ਤੁਹਾਨੂੰ ਉੱਥੇ ਦੜਾ ਕੇ ਦੱਸਾਂਗੇ ਥੋੜੀ ਓਏ ਆ ਕਿ ਪਿਕਅਪ ਲਓ ਜੀ ਆਪਾਂ ਹੁਣ ਹਾਈਵੇ ਤੇ ਆਏ ਆ ਦੀ ਹਾਈਵੇ ਸਪੀਡ 30 ਦੀ ਆ ਹੁਣ ਥੋੜੀ ਜਿਹੀ ਭਜਾਨੇ ਆ ਉੱਥੇ
ਪਿਛਲੀ ਵੀਡੀਓ ਚ ਮੈਂ ਕੈਮਰਾ ਮੈਨ ਇੱਕ ਲਿਆ ਸੀ ਉਹ ਵੀ ਮਤਲਬ ਏਦਾਂ ਹੀ ਕਰਦਾ ਸੀ ਮੈਂ ਫਿਰ ਮੈਂ ਓਹਨੂੰ ਕੱਢਤਾ ਜੋ ਮੈਨੂੰ ਨਾ ਮੈਨੂੰ ਮੈਨੂੰ ਚਲਾਉਂਦੇ ਆ ਉਸਤਾਦ ਨੂੰ ਲੱਗਿਆ ਕਿ ਆਪਾਂ ਗਲਤ ਐਗਜ਼ਿਟ ਲੈ ਲਈ ਆ ਤੇ ਇੱਥੇ ਹਾਈਵੇ ਤੇ ਆ ਕੇ ਬਾਈ ਨੇ ਪਿੱਛੇ ਕਰੇ ਥੋੜੀ ਪਿੱਛੇ ਪਿੱਛੇ ਨੂੰ ਮੋੜ ਲਈ ਵਾਪਸ ਗੱਡੀ ਜਿੱਥੇ ਸ਼ੁਕਰ ਹੈ ਗੱਡੀ ਨੀ ਆਉਂਦੀ ਵੀ ਕੋਈ ਹੁਣ ਇੱਥੇ ਇੱਥੇ ਦੜਾਨੇ ਇੱਥੇ ਲਿਆ ਦੇਖੋ ਆਪਣੀ ਸਪੀਡ ਹੈ 80 ਦੀ ਸਾਈਡ ਲੈਫਟ ਲੇਨ ਚ ਪਾ ਲਈ ਤੇ ਅੱਗੇ ਗੱਡੀਆਂ ਨੇ ਵੈਸੇ ਫਿਰ ਵੀ ਕੱਟ ਕਰ ਲਈਏ ਜ਼ਿਆਦਾ ਭਜਾਂਗੇ ਤੇ ਪੁਲਿਸ ਵਾਲੇ ਇੱਥੇ ਬਸ ਹੱਥਾਂ ਨੂੰ ਕਹਿਣਾ ਕੁਛ ਨਹੀਂ ਉਹਨਾਂ ਨੇ ਆਪਾਂ ਟਿਕਟ ਨਹੀਂ ਲੈਣੀ ਠੀਕ ਆ ਜੇ ਟਿਕਟ ਆਈ ਤੇ ਆਪਾਂ ਪੇ ਕਰ ਦਾਂਗੇ ਕੋਈ ਨੀ ਪੂਰਾ ਸੋਹਣਾ ਬਣਾ ਦਾਂਗਾ ਕੀ ਗੱਲ ਫਿਰ ਆਪਣੀਆਂ ਚੋੜੀਆਂ ਨੇ ਪਹਿਲਾਂ ਪਾਈ ਆਪਾਂ ਪਾਰਕਿੰਗ ਚ ਅੰਦਰ ਨੂੰ ਪਰਨਾ ਸੀਟਾਂ ਦੇਖੋ ਕਿੰਨੀਆਂ ਚੋੜੀਆਂ ਚੋੜੀਆਂ ਜੀਆਂ ਨੇ ਆਦੀਆਂ ਵੱਡੀਆਂ ਵੱਡੀਆਂ ਕੰਫਰਟ ਪੂਰਾ ਚਲੋ ਫਿਰ ਆਜੋ ਬਾਹਰ ਹੁਣ ਇਹ ਕੀ ਚੀਜ਼ ਹੈ ਸਮਝਾ ਗੱਡੀ ਦਾ ਆਪਣੇ ਆਪ ਸੈੱਟ ਹੋ ਜੇ ਗਿਆ ਕਰਕੇ ਦਿਖਾ ਦਿੰਦੇ ਆ ਇੱਕ ਨੰਬਰ ਦਵਾਤਾ ਆ ਸਟੀਅਰਿੰਗ ਐ ਪੀ ਸੀਟ ਪਿੱਛੇ ਹੋ ਗਈ ਆ ਪੂਰੀ ਹਾਂਜੀ ਠੀਕ ਆ ਐਦਾਂ ਆ ਗਿਆ ਐਸ ਦਵਾਤਾ ਕੁਛ ਨਹੀਂ ਹੋਇਆ ਦੋ ਦਵਾਇਆ ਮੇਰਰ ਟੂ ਪ੍ਰੋਫਾਈਲ ਸੈੱਟ ਉਸ ਹਿਸਾਬ ਨਾਲ ਹੋ ਗਿਆ ਹੁਣ ਆਪੇ ਆਪਣੇ ਆਪ ਦੇ ਅੰਦਰ ਆਓ ਤੇ ਆਪਣੀ ਸੀਟ ਫੇਰ ਐਡਜਸਟ ਕਰੋ ਐਤੋਂ 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 ਐਡਜਸਟ ਹੋ ਗਈ ਐਤੋਂ ਪਿੱਛੇ ਹੋ ਜਾਂਦੀ ਹੈ ਸੀਟ ਹਾਂਜੀ ਹਾਂਜੀ ਐਤੋਂ ਐ ਇੱਧਰ ਉੱਧਰ ਹੁਣ ਇਹ ਬਟਨ ਨੇ ਜਿਹੜੇ ਇਹ ਅੰਦਰ ਇਹ ਜਿਹੜੀ ਚੀਜ਼ ਆ ਇਹ ਬਾਹਰ ਨਿਕਲ ਕੇ ਦਿਖਾਉਂਦੇ ਆਪਾਂ ਇਹਦੇ ਨਾਲ ਸੀਟ ਦੀ ਇਹ ਚੀਜ਼ ਬਾਹਰ ਨਿਕਲ ਗਈ ਆ ਵੀ ਦੇਖੋ ਇਹ ਬਾਹਰ ਨਿਕਲ ਗਈ ਇਹ ਚੀਜ਼
ਲੱਕ ਜਿੱਦਾਂ ਕਰਨਾ ਏਦਾਂ ਅੰਦਰ ਚਲ ਗਈ ਅੱਗੇ ਪਿੱਛੋਂ ਗਈ ਅੱਗੇ ਉੱਤੇ ਕਰਨ ਉੱਤੋਂ ਵੀ ਹੁੰਦੀ ਹੈ ਅੱਛਾ ਬਾਹਰ ਵੀ ਚੱਲ ਜਾ ਸਕਦੇ ਆਪਾਂ ਗੱਡੀ ਤੋਂ ਗੱਡੀ ਬਾਹਰ ਨਿਕਲ ਸਕਦੇ ਆਪਾਂ ਜੋ ਚਾਹੀਏ ਗੱਡੀ ਬੰਦ ਕਰਕੇ ਵੀ ਨਿਕਲ ਸਕਦੇ ਗੱਡੀ ਬੰਦ ਕਰਕੇ ਚੱਲ ਫਿਰ ਬੰਦ ਕਰਕੇ ਨਿਕਲਦੇ ਆ ਮਰਜ਼ੀ ਹੈ ਤੁਹਾਡੀ ਚੱਲ ਚੱਲਣ ਦੇ ਅੱਗੇ ਗੱਡੀ ਦੀ ਨਾ ਉਹ ਵਾਲੀ ਲਾਈਟ ਚਲਾ ਜਿਹੜੀ ਕੱਲੀ ਇੱਕ ਆਲਾ ਬਾਹਰੋਂ ਗੱਡੀ ਦੇਖ ਲਓ ਤੁਹਾਡੇ ਸਾਹਮਣੇ ਆ ਪੁਲਿਸ ਵਾਲਿਆਂ ਕੋਲੇ ਵੀ ਆਹੀ ਗੱਡੀ ਹੁੰਦੀ ਆ ਇੱਥੇ ਹਨਾ ਮੈਨੂੰ ਮੇਰੇ ਨਾਲ ਬੜੀ ਵਧੀਆ ਹੈਪਨ ਹੋਇਆ ਕਿ ਇੱਕ ਦਿਨ ਕੀ ਹੋਇਆ ਕਿ ਮੈਂ ਡਾਊਨਟਾਊਨ ਗਿਆ ਮੈਂ ਤਾਂ ਨਵੀਂ ਗੱਡੀ ਲਈ ਸੀ ਤੇ ਮੈਂ ਇੱਕ ਸਕੀਡ ਪਾਰਕ ਲਾਈ ਇੱਕ ਬੰਦੇ ਪਿੱਛੇ ਮੈਂ ਗੱਡੀ ਲਾਈ ਸੀ ਉਹਨੇ ਮੈਂ ਉਹਦੇ ਪਿੱਛੇ ਗੱਡੀ ਲਾਤੀ ਉਹ ਭੱਜਾ ਭੱਜਾ ਬਿਲਡਿੰਗ ਬਾਹਰ ਆਇਆ ਮੈਨੂੰ ਵੀ ਇੱਕ ਸਾਹ ਸੁਣ ਕਹਿੰਦਾ ਆਈ ਥੌਟ ਯੂਅਰ ਪੁਲਿਸ ਮੈਨ ਯੂ ਗੋਣਾ ਗਿਵ ਮੀ ਟਿਕਟ ਮੈਂ ਨਾ ਪਰਾ ਹੀ ਤੈਨੂੰ ਕਿਦੋਂ ਟਿਕਟ ਦੇਣ ਵਾਲੇ ਆ ਸਹੀ ਆ ਸਹੀ ਆ ਆ ਲੈ ਇਹਦੀ ਪਿਛਲੀ ਪਿਛਲੀ ਲਾਈਟਾਂ ਵੀ ਬੜੀਆਂ ਸੋਹਣੀਆਂ ਨੇ ਪਿਛਲੀ ਲਾਈਟਾਂ ਦਿਖਾਉਂਦੇ ਆ ਟਾਇਰ ਟੂਰ ਤੇ ਨੀ ਚੇਂਜ ਕਰਾਏ ਅੱਛਾ ਓਦਾਂ ਓਦਾਂ ਸਪੋਇਲਰ ਨੀ ਹੁੰਦਾ ਹੈਨਾ ਸਪੋਇਲਰ ਮਿਲ ਗਿਆ ਬਾਕੀ ਗੱਡੀ ਗੱਡੀ ਘੈਂਟ ਆ ਇੰਜਨ ਉਂਜਨ ਬੜਾ ਘੈਂਟ ਆ ਤੇ ਆ ਦੇਖੋ ਤੁਹਾਡੇ ਸਾਹਮਣੇ ਆ ਗੱਡੀ ਦਾ ਰਿਮੋਟ ਰਿਮੋਟ ਨਾਲ ਸਟਾਰਟ ਕਰਕੇ ਦਿਖਾ ਇਹਨੂੰ ਆਪਾਂ ਦੋ ਵਾਰੀ ਪ੍ਰੈਸ ਕਰਨਾ ਗੱਡੀ ਰਿਮੋਟ ਨਾਲ ਸਟਾਰਟ ਹੋਣੀ ਆ ਆਪਣੇ ਆਪ ਹੀ ਇਹ ਸਟਾਰਟ ਹੋ ਗਈ ਆ ਹਾਂਜੀ ਐ ਡਿੱਗੀ ਖੋਲ ਡਿੱਗੀ ਦਿਖਾਈ ਇੱਕ ਵਾਰ ਡਿੱਗੀ ਹੱਥ ਵੀ ਖੁੱਲ ਜਾਂਦੀ ਹੈ ਹਨਾ ਤੇ ਡਿੱਗੀ ਇੱਥੋਂ ਵੀ ਖੁੱਲਦੀ ਹੈ ਚਾਬੀ ਤੋਂ ਵੀ ਖੁੱਲ ਜਾਂਦੀ ਹੈ ਜੇ ਤੇ ਚਾਬੀ ਤੋਂ ਖੋਲਣੀ ਤੇ ਇਹਨੂੰ ਦੋ ਵਾਰੀ ਨੱਪੋ ਤੇ ਡਿੱਗੀ ਖੁੱਲ ਜੂਗੀ ਡਿੱਗੀ ਖੋਲ ਕੇ ਡਿੱਗੀ ਵੀ ਖੁੱਲੀ ਹੈ ਹਨਾ ਡਿੱਗੀ ਖੋਲਣੀ ਆਇਆ ਦਬਾ ਕੇ ਖੋਲਣੀ ਇਹਨੂੰ ਦਬਾਇਆ ਡਿੱਗੀ ਖੁੱਲ ਗਈ ਆ ਤੇ ਬੰਦ ਕਰਤੀ ਏਦਾਂ ਅੱਗੇ ਦਿਖਾ ਦਿੰਦੇ ਆ ਖੁੱਲੀ ਵਾਧੂ ਆ ਆ ਦੇਖੋ ਪਿੱਛੇ ਪਿੱਛੇ ਵੈਂਟ ਵੁੰਟ ਹੈਗੇ ਆ ਅੱਛਾ ਪਿਛਲੀ ਸੀਟਾਂ ਵੀ ਹੀਟਡ ਨੇ ਇਹਦੀਆਂ ਇਹ ਘੈਂਟ ਚੀਜ਼ ਹੈ ਪਿਛਲੀ ਸੀਟਾਂ ਨੂੰ ਦਬਾਇਆ ਹੀਟਡ ਸਟਾਰਟ ਹੋ ਗਈ ਜੇ ਉੱਤੇ ਬੈਠਾ ਮੈਂ ਬੰਦ ਕਰਤੀ ਪਿੱਛੋਂ ਇਹ ਸੀਟਾਂ ਦੇਖ ਲਓ ਤੁਸੀਂ ਕਿੱਦਾਂ ਦੇ ਮਤਲਬ ਸੋਫੇ ਵਾਲੀਆਂ ਸੀਟਾਂ ਨੇ ਠੀਕ ਹੈ ਇਹ ਖੋਲਣਾ ਖੋਲ ਲਿਆ ਪੂਰਾ ਗੱਡੀ ਕਾਫੀ ਖੁੱਲੀ ਹੈ ਨਾ ਆਪਣੇ ਰੂਫ ਰਾਫ ਉੱਪਰ ਦੇਖ ਲਈ ਆਹ ਦੇਖੋ ਅੱਗੇ ਆ ਦੇਖ ਲਓ ਸਾਫ ਕਰਨਾ ਹੈ ਸ਼ੀਸ਼ਾ ਸ਼ੂਸ਼ਾ ਤੇ ਇੱਧਰ ਦੀ ਫਿਰ ਇੱਥੋਂ ਨਿਕਲ ਕੇ ਹਵਾ ਜਾਂਦੀ ਆ ਆਹ ਦੇਖੋ ਅਗਰ ਬੰਦ ਕਰਨੀ ਤੇ ਬੰਦ ਵੀ ਇੱਥੇ ਕਰਤੀ ਇਹ ਗੱਡੀ ਬੰਦ ਹੋ ਗਈ ਹੁਣ ਵਿੰਟਰ ਚ ਕਾਫੀ ਵਧੀਆ ਚੀਜ਼ ਹੈ ਇੱਥੇ ਤੇ ਕਿਉਂਕਿ ਹਾਂ ਵੀ ਤੁਸੀਂ ਚਾਹੁੰਦੇ ਬਲੋ ਤੁਹਾਡੀ ਗੱਡੀ ਗਰਮ ਹੋ ਜੇ ਤੁਸੀਂ ਸਟਾਰਟ ਕਰ ਸਕਦੇ ਜੇ ਆ ਲੋ ਜੀ ਸਾਹਮਣੇ ਪਹੁੰਚ ਗਿਆ ਲੇਕ ਤੇ ਹਾਂਜੀ ਹੁਣ ਤੁਹਾਨੂੰ ਪੂਰਾ ਪੂਰਾ ਬੰਦਾ ਦਿਖਾਣੇ ਆ ਸਾਰਾ ਇਹ ਦੇਖ ਲਓ ਇਹ ਆਪਣਾ 6 ਫੁੱਟ 4 ਇੰਚ ਵਾਲਾ 6 ਫੁੱਟ 4 ਬਾਈ ਕਿੱਥੋਂ ਹੈ ਇੰਡੀਆ ਤੋਂ ਮੈਂ ਵੀ ਮਖੇਰੀਆਂ ਤੋਂ ਗਦਾਸਪੁਰ ਲੱਗ ਗਿਆ ਬਾਈ ਦਾ ਛੋਟਾ ਭਰਾ ਦੇਖਦਾ ਸਾਡੇ ਬਲੌਗ ਹਾਂ ਕਰਨ ਪਿੰਡਰ ਨਾਲ ਕਰਨ ਪਿੰਡਰ ਠੀਕ ਆ ਵੀ ਕਰਨ ਪਿੰਡਰ ਨੂੰ ਹੈਲੋ ਠੀਕ ਆ ਇਹ ਬਾਈ ਆਪਣਾ ਚੁੱਪ ਰਹਿੰਦਾ ਬਹੁਤ ਜ਼ਿਆਦਾ ਕਾਫੀ ਕੁਆਇਟ ਗਾਏ ਠੀਕ ਹੈ ਇਹ ਬਾਈ ਪਤਾ ਨਹੀਂ ਕਦੇ ਚੁੱਪ ਰਹਿੰਦਾ ਕਦੇ ਬੋਲਣ ਲੱਗ ਜਾਂਦਾ ਇਹ ਤਾਂ ਕੁਛ ਨਹੀਂ ਪਤਾ ਇਹ ਬਾਈ ਨੂੰ ਫ੍ਰੈਂਚ ਆਉਂਦੀ ਹੈ ਬੋਨਜੋਰ 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 ਫ੍ਰੈਂਚ ਕੀ ਨਾਮ ਸਕੂਲੇ ਸਿੱਖੀ ਸੀ
ਨਾ ਨਾ ਬਾਈ ਮੈਂ ਅੰਮ੍ਰਿਤਸਰ ਲਾਇਆ 4 ਮਹੀਨੇ ਅੱਛਾ ਅੱਛਾ ਸਾਡੇ ਯਾਰ ਸਕੂਲੇ ਵੀ ਆਏ ਜਿੱਦਾਂ ਦਾ ਅਸੀਂ ਆਪਾਂ ਘੁੰਮਣ ਫਿਰਨ ਆਏ ਹਾਂ ਉਹ ਬੁਜ਼ਾਵੋ ਬਨਿਓ ਪੂਰੇ ਬੁਜ਼ਾਵੋ ਬਨਿਓ ਪੂਰੇ ਕਲਕਤਰਵਾਏ ਗੱਡੀ ਦੇਖੋ ਤੁਸੀਂ ਜੱਜ ਦੀ ਪੂਰੀ ਖੜੀ ਕਰੀ ਇੱਕ ਮਿੰਟ ਇੱਥੋਂ ਔਨ ਕਰੀ ਲਾਈਟ ਚੱਲੇ ਗਈ ਇਹਦੀ ਅੱਗੇ ਚੱਲ ਐਲ ਈ ਡੀ ਨਹੀਂ ਚੱਲੀ ਹੈ ਨਾ ਹਾਂ ਦੇਖ ਐਲ ਈ ਡੀ ਚੱਲ ਗਈ ਹੈ ਗੱਡੀ ਪੂਰੀ ਘੈਂਟ ਹੈ ਜੱਟ ਲਾਈਟ ਚੋਂ ਅੱਗ ਵੀ ਨਿਕਲਦੀ ਹੈ ਅੱਗ ਵੀ ਨਿਕਲਦੀ ਹੈ ਬਾਈ ਕਿਚੋਂ ਲਾਈਟ ਚੋਂ ਉਹ ਇੰਡੀਕੇਟਰ ਇੰਡੀਕੇਟਰ ਦੇ ਟਾਈਮ ਇੰਡੀਕੇਟਰ ਵੀ ਅੱਛਾ ਇਹਦੇ ਇੰਡੀਕੇਟਰ ਇਹ ਵਾਲੇ ਨਹੀਂ ਚੱਲਦੇ ਕਿੱਦਾਂ ਮਤਲਬ ਐਲ ਈ ਡੀ ਜੋ ਲੈਫਟ ਲੈਣਾ ਹੋਏ ਕਈਆਂ 'ਚ ਮੈਂ ਦੇਖਿਆ ਦੋ ਚਾਰਜਰ 'ਚ ਇਹ ਚੱਲਦੇ ਇੰਡੀਕੇਟਰ ਉੱਥੇ ਬਾਈ ਸਾਹਿਬ ਜਿਹੜੀ ਪੈਰਾਗਲਾਈਡਿੰਗ ਜੀ ਦਿਖਾ ਰਹੇ ਕਿੱਧਰ ਗਿਆ ਉਹ ਥੱਲੇ ਆ ਗਿਆ ਇਹ ਬ੍ਰਿਜ ਹੀ ਜਦੋਂ ਉੱਪਰੋਂ ਆਏ ਆਪਾਂ ਇਹਦੇ ਪਰਲੀ ਸਾਈਡ 'ਤੇ ਸਾਰੀ ਫੈਕਟਰੀਆਂ ਜੀਆਂ ਨੇ ਅਤੇ ਇੱਧਰ ਆ ਸਾਰੀ ਲੇਕ ਓਨਟਾਰੀਓ ਆ ਲੇਕ ਓਨਟਾਰੀਓ ਵੱਡੀ ਬੜੀ ਆ ਨਾ ਦੇਖ ਲਾ ਟੋਰੋਂਟੋ ਉੱਧਰ ਆਪਣਾ ਇਹ ਟੋਰੋਂਟੋ ਇੱਥੋਂ ਨਹੀਂ ਲੱਭਣਾ ਟੋਰੋਂਟੋ ਇੱਧਰ ਆ ਟੋਰੋਂਟੋ ਥੋੜ੍ਹੀ ਅੱਗੇ ਜਾ ਕੇ ਉੱਥੋਂ ਲੱਭਣਾ ਉਹ ਉੱਥੋਂ ਜੀ ਇਹਦੇ ਨਾਲ ਨਾਲ ਜਾਂਦੇ ਰਹਿਣਾ ਨਾਲ ਨਾਲ ਜਾ ਕੇ ਅੱਗੇ ਜਾ ਕੇ ਨਾਇਗਰਾ ਆ ਜਾਣਾ ਅਤੇ ਨਾਇਗਰਾ ਫੋਲਸ ਜਿਹੜੇ ਓਨਟਾਰੀਓ ਲੇਕ 'ਚ ਆ ਕੇ ਮਿਲਦੇ ਨੇ ਅੱਗੋਂ ਇੱਕ ਆਪਣੇ ਪਰਲੀ ਜਿਹੜੀ ਲੇਕ ਹੈ ਨਾ ਉਹ ਲੇਕ 'ਚੋਂ ਨਾਇਗਰਾ ਫੋਲਸ ਬਣਦੇ ਆ ਅਤੇ ਇੱਧਰ ਲਈ ਆ ਕੇ ਇਹ 'ਚ ਮਿਲ ਜਾਂਦੇ ਆ ਅੱਛਾ ਪੂਲ ਆ ਡੁਬਕੀ ਮਾਰਿਆ ਇੱਕ ਮਿੰਟ ਬੜਾ ਡੂੰਘਾ ਯਾਰ ਡੂੰਘਾ ਬੜਾ ਹੀ ਉਹ ਪੂਲ ਨਹੀਂ ਆ ਕਹਿੰਦਾ ਭਾਵ ਆ ਕਿ ਜਸਟ ਯਾਰ ਥੋੜਾ ਨੋ ਸਵੀਮਿੰਗ ਹੋਣੀ ਵੀ ਨਹੀਂ ਆ ਜਿੰਨਾ ਡੂੰਘਾ ਸ਼ੇਡ ਜੀ ਦਿੰਦਾ ਪੂਲ ਦੀ ਜਾਂ ਪਾਣੀ ਜਿਹਾ ਆ ਤੁਸੀਂ ਪਾਪੂ ਖਾ ਸਕਦੇ ਆ ਪਾਪਿਆ ਇੱਥੇ ਤੁਸੀਂ ਆ ਕੇ ਬਾਹਰ ਪੈਟੀ ਕਰ ਸਕਦੇ ਜੇ ਮੀਂਹ ਚ ਵੀ ਤੁਸੀਂ ਮਤਲਬ ਕਿ ਪੈਟੀ ਕਰ ਸਕਦੇ ਅੱਛਾ ਅੱਛਾ ਗੱਲ ਨਹੀਂ ਤੁਸੀਂ ਇੱਥੇ ਬਹਿ ਸਕਦੇ ਆਪਾਂ ਇਹ ਪੈਸੇ ਦੇਣੇ ਪੈਂਦੇ ਪੈਸੇ ਕਿੰਨੇ ਆ ਦੇ ਜਿੰਨਾ ਡੂੰਘਾ ਬੱਚੇ ਹੁੰਦੇ ਨਾ ਛੋਟੇ ਇੱਥੇ ਉਹਨਾਂ ਲਈ ਅੱਛਾ ਅੱਛਾ ਫੇਰ ਸਮਝ ਗਿਆ ਮੈਂ ਇਹ ਪਾਰਕ 'ਚ ਮੈਂ ਘੱਟੋ ਘੱਟ 4-5 ਵਾਰੀ ਆ ਗਿਆ ਨਿਆਣੇ ਖੇਡ ਰਹੇ ਪੂਰੇ ਆਪਣੇ ਹਰ ਸਿਟੀ ਚ ਮਤਲਬ ਸਾਰੇ ਜਿਹੜੇ ਮੁਹੱਲੇ ਦੇ ਪਾਰਕ ਇੱਥੇ ਹੁੰਦੇ ਆ ਦੇਖੋ ਜੀ ਲੇਕ ਦੇ ਸਾਹਮਣੇ ਆ ਕੇ ਝੂਟੇ ਲਓ ਹੋਰ ਕੀ ਚਾਹੀਦਾ ਜ਼ਿੰਦਗੀ ਕਿੱਥੇ ਆਪਾਂ ਕੈਨੇਡਾ ਹੁਣ ਮੈਕਡੀ ਤਾਂ ਖਾ ਪੀ ਰਹੇ ਹਾਂ ਅਤੇ ਫਿਰ ਚੱਲੀਏ ਘਰਾਂ ਨੂੰ ਵੀਡੀਓ ਕਰਦੇ ਖਤਮ ਬੋਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲ ਬੋਲ ਓਹੋ ਤੇ ਬੋਲਦੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੀਡੀਓ ਇੱਥੇ ਖਤਮ ਕਰਦੇ ਹਾਂ ਹਾਂ ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ ਬੋਲ ਪੂਰਾ ਬੋਲ ਮਜ਼ਦੂਰ ਏਕਤਾ ਜ਼ਿੰਦਾਬਾਦ ਚਲੋ ਜੀ ਠੀਕ ਹੈ ਫਿਰ